ਸਤਿ ਸ਼੍ਰੀ ਅਕਾਲ ਪੁਆਧ ਵੈਬ ਟੀ ਵੀ ਦੇਖ ਰਹੇ ਹੋ ਤੁਹਾਨੂੰ ਮੈਂ ਧਰਮਵੰਤ ਸਿੰਘ ਕਮਾਨ ਕਹਾਂ ਵੀ ਜਿਹਨੂੰ ਕੰਮ ਕਾ ਤਰੀਕਾ ਉਸਕਾ ਉਰੀ ਅਮਰੀਕਾ। ਬਹੁਤ ਲੋਕ ਅੱਜ ਬਾਹਰ ਜਾ ਕੇ ਜੋ ਸੋਚਾਂ ਵੀ ਅਸੀਂ ਕਾਮਯਾਬ ਹੋ ਜਾਵਾਂਗੇ, ਬਾਹਰ ਜਾ ਕੇ ਪੈਸੇ ਦੀ ਕਮਾਈ ਕਰਾਂਗੇ, ਬਾਹਰ ਜਾ ਕੇ ਹਮਾਰੇ ਜੀਵਨ ਆ ਜਿਹੜਾ ਚੰਗਾ ਹੋ ਜਾਏਗਾ, ਪਰ ਕਈ ਲੋਕ ਅਜਿਹੇ ਵੀ ਆ ਜਿਹੜੇ ਪੰਜਾਬ ਕੇ ਵਿੱਚ ਰਹਿ ਕੇ ਹੀ ਬਾਹਰਲੇ ਦੇਸ਼ਾਂ ਵਾਲੀ ਕਮਾਈ ਉਰਾ ਕਰ ਰਹੇ ਹਾਂ। ਸੋ ਮੇਰੇ ਪਿੱਛਾ ਥਵੇਂ ਪਰਾਲੀ ਕਿਆਂ ਝੋਫੜੀਆਂ ਦੇਖ ਰਹੇ ਹਾਂ, ਜੋ ਜਿਹੜੀਆਂ ਪਰਾਲੀ ਕਿਆਂ ਝੋਫੜੀਆਂ, ਇੱਕ ਬੰਦਾ ਇਹਨਾਂ 'ਤੇ ਹੀ ਲੱਖਾਂ ਦੀ ਕਮਾਈ ਕਰ ਰਿਹਾ, ਕਿਸ ਤਰ੍ਹਾਂ ਲੱਖਾਂ ਦੀ ਕਮਾਈ ਕਰ ਰਿਹਾ, ਕਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਜਿਹੜਾ ਕਿ ਕਮਾਈ ਦਾ ਸਾਧਨ ਆ ਜੋ ਬਣਾਇਆ ਇਹਨਾਂ ਪਰਾਲੀ ਕਿਆਂ ਝੋਪੜੀਆਂ ਨੂੰ। ਸੋ ਮਾਰੇ ਗੱਲ ਇੱਕ ਬਜ਼ੁਰਗ ਮੌਜੂਦ ਹਾਂ, ਅਸੀਂ ਪਿੰਡ ਗਾਜੀ ਸਲਾਰਮਾ ਆਏ ਹੋਏ ਹਾਂ, ਇਸ ਬਾਪੂ ਕੀ ਗੱਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਜੋ ਪਰਾਲੀ ਕੀ ਝੋਪੜੀਆਂ ਦੇ ਵਿੱਚ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਲਾ ਰੱਖਿਆ, ਕਿਸ ਤਰ੍ਹਾਂ ਜੋ ਕਮਾਈ ਦਾ ਸਾਧਨ ਬਣਿਆ ਜੋ ਝੋਪੜੀਆਂ ਨੂੰ। ਸੋ ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਹੈ ਜੀ ਤੁਹਾਡਾ? ਵਕੀਲ ਹੈ ਜੀ। ਨਾ ਬਾਪੂ ਜੀ, ਗੱਲ ਕਰਾਂਗੇ ਵੀ ਜੋ ਪਰਾਲੀ ਕਿਆਂ ਝੋਪੜੀਆਂ ਜਿਹੜੀਆਂ ਇਹਨਾਂ 'ਤੇ ਤੁਸੀਂ ਲੱਖਾਂ ਦੀ ਕਮਾਈ ਕਰ ਰਹੇ ਹਾਂ, ਕਿਸ ਤਰ੍ਹਾਂ ਜੋ ਕਿੰਨੀਆਂ ਝੋਪੜੀਆਂ 'ਤੇ ਸ਼ੁਰੂ ਕਰਿਆ ਤਾ ਕੰਮ, ਕਿ ਇਹਨਾਂ ਦੇ ਵਿੱਚ 'ਤੇ ਜਿਹੜਾ ਕਿਸ ਤਰ੍ਹਾਂ ਜੋ ਹੋਰ ਪ੍ਰੋਜੈਕਟ ਆ ਜਿਹੜਾ ਲਾਇਆ ਗਿਆ ਇਸ ਕੇ ਦੇਖ ਕੇ ਇਹਨਾਂ ਨੂੰ? ਇਹ ਤਾਂ ਪਹਿਲੇ ਅਸੀਂ ਸਿਰਫ ਇੱਕ ਝੋਪੜੀ ਲਾਈ ਸੀ, ਇੱਕ ਝੋਪੜੀ ਲਾ ਕੇ ਪਹਿਲੇ ਅਸੀਂ ਵੇਖਿਆ ਵੀ ਸਾਡਾ ਕੰਮ ਸੂਤ ਆਮਦਾ ਸੂਤ ਕਿਵੇਂ ਆ। ਇੱਕ ਸੂਤ ਤੋਂ ਕੰਮ ਕਰਦਿਆਂ ਕਰਦਿਆਂ ਫਿਰ ਸਾਡਾ ਸਾਰਾ ਕੰਮ ਸਾਡੇ ਦਿਮਾਗ 'ਚ ਫਿੱਟ ਹੋ ਗਿਆ ਵੀ ਇਹ ਕੰਮ ਐਵੇਂ ਕਰਨਾ ਪੈਣਾ ਹੈ। ਫਿਰ ਉਹ ਕੰਮ ਕਰਦਿਆਂ ਕਰਦਿਆਂ ਫਿਰ ਇੱਕ ਲਾਈ, ਫਿਰ ਦੋ ਲਾਈਆਂ, ਫਿਰ ਤਿੰਨ ਲਾਈਆਂ, ਫਿਰ ਚਾਰ ਲਾਈਆਂ, ਫਿਰ ਹੁਣ ਅੱਠ ਹੋ ਗਈਆਂ ਨੇ। ਬਸ ਹੌਲੀ ਹੌਲੀ ਕੰਮ ਅੱਗੇ ਦੀ ਵੱਧਦਾ ਗਿਆ। ਬਾਪੂ ਜੋ ਪਰਾਲੀ ਕਿਆਂ ਝੋਪੜੀਆਂ 'ਤੇ ਤੁਸੀਂ ਕਮਾਈ ਕਰ ਰਹੇ, ਕਿੰਨੀ ਕੁ ਕਮਾਈ ਕਰ ਲਏ ਇਹਨਾਂ 'ਤੇ? ਇਹ ਬਸ ਪਹਿਲੇ ਤਾਂ ਅਨਾਇਤੀ ਮਹਿੰਗਾਈਆਂ ਹੀ ਬੜੀਆਂ ਹੋ ਗਈਆਂ ਨੇ, ਮਹਿੰਗਾਈ ਦੇ ਹਿਸਾਬ ਨਾਲ ਇਹ ਪਰਸੇ ਇਹ ਜਿੰਨੇ ਕੋਲ ਜਿੰਨਾ ਪਹਿਲੇ ਵਧੀਆ ਪੈਸੇ ਬਚਦੇ ਸੀ, ਹੁਣ ਮਹਿੰਗਾਈ ਕਰਕੇ ਥੋੜ੍ਹੇ ਪੈਸੇ ਘੱਟ, ਲੱਖ ਕੁ ਰੁਪਇਆ ਬਚਦਾ ਇੱਕ ਝੋਪੜੀ 'ਚੋਂ, ਅਤੇ ਲੇਬਰ ਖਰਚਾ ਬੜਾ ਪੈਂਦਾ, ਅਤੇ ਸਾਰੀ ਚੀਜ਼ 'ਤੇ ਕੇਸੰਗ ਜਿਹੜੀ ਪਈ ਹੈ ਇਹ ਨਾਲ ਢੇਰੀ ਲੱਗੀ ਪਈ ਹੈ, ਇਹਦੇ 'ਤੇ ਵੀ ਇਹ ਵੀ ਬੜੀ ਮਹਿੰਗੀ ਹੋ ਗਈ ਹੈ, ਇਹ ਕਰਨਾਟਕ ਤੋਂ ਮੰਗਾਉਣੀ ਪੈਂਦੀ ਹੈ, ਸਾਰੇ ਖਰਚੇ ਬੜੇ ਖਰਚੇ ਬਹੁਤ ਉੱਪਰ ਆ ਜਾਂਦੇ ਨੇ ਇਹਨਾਂ ਦੇ। ਬਾਪੂ ਗੱਲ ਕਰੀਏ ਕਿ ਜਿਸ ਤਰ੍ਹਾਂ ਜੋ ਪਰਾਲੀ ਕੀ ਝੋਪੜੀ ਹੈ ਇੱਕ ਜਿਹੜੀ ਤੁਸੀਂ ਬਣਾ ਰੱਖੀ ਆ, ਇਸ ਤਰ੍ਹਾਂ ਦਾ ਕਿ ਇਸ ਝੋਪੜੀ ਮੈਂ ਪ੍ਰੋਜੈਕਟ ਲਾਇਆ ਥਾਨੇ ਜਿਸ ਰਗੈਲ ਤੁਹਾਨੂੰ ਇੰਨੀ ਕਮਾਈ ਹੋ ਰਹੀ ਆ? ਇਹ ਸਾਨੂੰ ਅਸੀਂ ਇਹ ਸਾਧਨ ਬਣਾਇਆ ਵੀ ਅਸੀਂ ਮਸ਼ਰੂਮ ਦਾ ਕੰਮ ਕਰਿਆ, ਇਹਦੇ ਅੰਦਰ ਮਸ਼ਰੂਮ ਹੈ, ਇਹ ਅਸੀਂ ਮਸ਼ਰੂਮ ਬੀਜੀ ਕੰਮ ਤਿਆਰ ਕੀਤਾ ਹੈ, ਮਸ਼ਰੂਮ ਅਸੀਂ ਫਿਰ ਵੱਢ ਕੇ ਇਹਨੂੰ ਸਾਰਾ ਕੰਪਲੀਟ ਧੋ ਸਮਾਰ ਕੇ ਅਸੀਂ ਫਿਰ ਮੰਡੀਆਂ 'ਚ ਲੈ ਜਾਂਦੇ ਹਾਂ, ਮੰਡੀਆਂ 'ਚ ਉੱਥੇ ਜਾ ਕੇ ਅਸੀਂ ਸਪਲਾਈ ਕਰਦੇ ਹਾਂ, ਸਪਲਾਈ ਕਰਕੇ ਉਹਨਾਂ ਦਾ ਮਤਲਬ ਆਪਣੇ ਸਾਡਾ ਜਿਵੇਂ ਸਾਰਾ ਕੰਮ ਚੱਲੀ ਜਾਂਦਾ, ਲੇਬਰ ਦਾ ਵੀ ਚੱਲੀ ਜਾਂਦਾ, ਸਾਡਾ ਵੀ ਚੱਲੀ ਜਾਂਦਾ, ਜਿਹੜੇ ਨੌਜਵਾਨ ਲੱਗੇ ਫਿਰਦੇ ਹੋਰਾਂ ਪਰਾਂ ਉਹ ਸਾਡੇ ਨਾਲ ਇੱਥੇ ਆ ਕੇ ਕੰਮ ਕਰਦੇ ਨੇ ਵਧੀਆ, ਉਹ ਆਪਣੀ ਮਿਹਨਤ ਕਰਦੇ ਨੇ ਸਾਡੇ ਨਾਲ, ਉਹ ਵਧੀਆ ਕੰਮ ਚੱਲਦਾ, ਸਾਰਾ ਪਿੰਡ ਸਾਡੇ ਨਾਲ ਬਹੁਤ ਵਧੀਆ ਕੰਮ ਕਰ ਰਿਹਾ। ਬਾਪੂ ਥਵੇਂ ਕਹਿ ਰਹੇ ਹਾਂ ਵੀ ਇੱਕ ਝੋਪੜੀ 'ਤੇ ਤੁਹਾਨੂੰ ਕੰਮ ਸ਼ੁਰੂ ਕਰਿਆ, ਤੁਸੀਂ ਕੰਮ ਸ਼ੁਰੂ ਕਰਿਆ ਜਾਂ ਤੁਹਾਡੇ ਮੁੰਡੇ ਨੇ, ਜਾਂ ਫਿਰ ਕਿਸ ਤਰ੍ਹਾਂ ਦਿਮਾਗ 'ਚ ਜੋ ਆਈਡੀਆ ਜਿਹੜਾ ਸਾਰੇ? ਇਹ ਮੁੰਡੇ ਨੇ ਮੇਰੇ ਜੀ, ਉੱਥੇ ਸਾਡੇ ਨਾ ਇੱਥੇ ਘਰਾਲੀ ਸਾਹਿਬ ਉੱਥੇ ਸਰਪੰਚ ਹੈ, ਉਹਦੇ ਕੋਲ ਜਾਂਦਾ ਹੁੰਦਾ ਇਹ ਮਤਲਬ ਮਹਿੰਦਰਾ ਕਾਲਜ ਪੜ੍ਹਦਾ ਸੀ, ਮਹਿੰਦਰਾ ਕਾਲਜ ਪੜ੍ਹਦਿਆਂ ਉੱਥੇ ਦਾ 20 ਰੁਪਏ ਘੰਟੇ 'ਤੇ ਜਾਂਦਾ ਸੀ, ਇਹ ਉਹ ਫੋਰਮੈਨ ਕਹਿੰਦਾ ਮੈਂ ਤੈਨੂੰ ਕੰਮ ਸਿਖਾ ਦਿੰਦਾ, ਇਹਨੇ ਕੰਮ ਸਿਖਾਤਾ, ਇਹਨੇ ਇਹਦੇ ਦਿਮਾਗ 'ਚ ਆ ਗਈ ਮੁੰਡੇ ਮੇਰੇ ਵੱਡੇ ਵੱਡੇ ਦੇ ਵੀ ਹਾਂ ਕੰਮ ਆਪਾਂ ਕਰ ਸਕਦੇ ਹਾਂ, ਉਹਨੇ ਆਪਣੀ ਹਿੰਮਤ ਨਾਲ ਮਿਹਨਤ ਨਾਲ ਉਹਨੇ ਆਖਿਆ ਮੈਂ ਕੰਮ ਕਰਨਾ ਹੈ। ਮੈਂ ਹੁਣ ਕੰਮ ਜਦੋਂ ਮੈਨੂੰ ਇਹਨੇ ਆਖਿਆ ਕਹਿੰਦਾ ਡੈਡੀ ਆਪਾਂ ਨਾ ਮਤਲਬ ਆਪਾਂ ਇੱਕ 'ਚ ਮਸ਼ਰੂਮ ਮੈਨੂੰ ਦੱਸਿਆ ਵੀ ਨਹੀਂ ਵੀ ਕਹਿੰਦਾ ਮੈਂ ਇੱਕ ਕੰਮ ਕਰਨਾ ਹੈ, ਕਹਿੰਦਾ ਪੈਸੇ ਚਾਹੀਦੇ, ਮੈਂ ਕਿਹਾ ਚੱਲ ਪੈਸੇ ਦੇ ਦਿੰਦੇ ਹਾਂ, ਚੱਲ ਪੈਸੇ ਦਿੱਤੇ ਉਹਨੂੰ, ਪੈਸੇ ਦੇ ਕੇ ਉਹਨੇ ਆਪਣਾ ਕੰਮ ਸ਼ੁਰੂ ਕੀਤਾ, ਜਦੋਂ ਇਹਨੇ ਸਾਰਾ ਕੰਮ ਸ਼ੁਰੂ ਕਰ ਲਿਆ ਫਿਰ ਮੈਨੂੰ ਪਤਾ ਲੱਗ ਗਿਆ ਵੀ ਮੁੰਡਾ ਬਿਲਕੁਲ ਸਹੀ ਮਸ਼ਰੂਮ ਦਾ ਕੰਮ ਕਰਨ ਲੱਗ ਪਿਆ ਹੈ। ਇਹ ਕੰਮ ਕਰਕੇ ਫਿਰ ਇਹਨੇ ਅੱਗੇ ਜਦੋਂ ਇੱਕ ਇੱਕ ਲਾਇਆ ਪੈਸੇ ਬਚੇ ਸਾਨੂੰ, ਪੈਸੇ ਬਚ ਕੇ ਫਿਰ 2 ਕਰਤੀਆਂ, ਫਿਰ 3 ਕਰਤੀਆਂ, ਫਿਰ 4 ਅੱਗੇ, ਤੇ ਮਾਲਕ ਦੀ ਕਿਰਪਾ। ਪਹਿਲੀ ਵਾਰੀ ਜਾਥਾ ਨੇ ਜੋ ਪਹਿਲੀ ਇੱਕ ਝੋਪੜੀ ਲਾਈ ਦੀ ਬਾਪੂ, ਉਸਮਾਂ ਦੇ ਕਿੰਨੇ ਕੁ ਪੈਸੇ ਬਣ ਗਏ? ਉਦੋਂ ਸਾਨੂੰ ਉਹ ਟਾਈਮ ਖਰਚੇ ਮਹਿੰਗਾਈ ਕੋਈ ਨਹੀਂ ਸੀ, ਉਦੋਂ ਸਾਨੂੰ 1.5 ਲੱਖ ਰੁਪਇਆ ਬਚਿਆ ਸੀ ਇੱਕ ਦੇ ਵਿੱਚ ਦੀ, ਇੱਕ ਦੇ ਵਿੱਚ ਦੀ। ਕਿੰਨੇ ਟਾਈਮ ਆ ਇੱਕ ਝੋਪੜੀ ਆ ਜਿਹੜੀ ਪੈਸੇ ਦੇ ਰਹਾ ਤਿਆਰ ਹੋਣ 'ਤੇ ਲਿਖਾ ਜਿਹੜਾ ਕਮਾਈ ਤੱਕ? ਇਹ 40 ਕੁ ਦਿਨ ਲੱਗ ਜਾਂਦੇ ਨੇ ਇਹਨੂੰ, ਇੱਕ ਝੋਪੜੀ ਨੂੰ 40 ਦਿਨ ਲੱਗਦੇ ਨੇ। 40 ਦਿਨਾਂ ਦੇ ਵਿੱਚ 1.5 ਲੱਖ ਰੁਪਇਆ ਦੇਗੀ? ਹਾਂ, ਇਹ ਚੱਲਦਾ ਕਰਸਾਹ ਤੱਕ ਹੈ।
ਇਹ ਮਤਲਬ ਜਿਵੇਂ ਅੱਜ ਕਰਸਾਹ ਤੱਕ ਚੱਲੀ ਜਾਣਾ ਨੇ, ਇਹ ਸਾਰੀ ਖੁੰਭ 'ਚ ਕਰਸਾਹ ਤੱਕ ਜਦੋਂ ਤੱਕ ਇਹਦੇ ਪੀਣਗ ਬਣੀ ਜਾਏਗਾ, ਪਿੰਨ ਬਣੀ ਜਾਏਗੀ, ਖੁੰਭ ਬਣੀ ਜਾਏਗੀ, ਉਹ ਕਰਸਾਹ ਤੱਕ ਜਦੋਂ ਤੱਕ ਠੰਡ ਰਹਿਣੀ ਹੈ ਉੱਥੋਂ ਤੱਕ ਕੰਮ ਚੱਲਣਾ। ਜੇ ਗਰਮੈਸ਼ ਆ ਗਈ ਫਿਰ ਇਹ ਬਿੱਲ ਬੰਦ। ਮਤਲਬ ਕਿ ਇਹ ਠੰਡ ਠੰਡ ਦਾ ਸਾਧਨ ਆ ਜਿਹੜਾ, ਗਰਮੀ ਬਣੀ ਹੁੰਦੀ? ਹਾਂ ਨਹੀਂ, ਠੰਡ ਠੰਡ ਦਾ ਹੀ ਬਸ, ਹਾਂ ਗਰਮੀ 'ਚ ਨਹੀਂ ਹੁੰਦੀ, ਗਰਮੀ 'ਚ ਨਾਲ ਦੇ ਆਪਾਂ ਸੁੱਕ ਜਾਂਦਾ ਫਿਰ। ਬਾਪੂ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਵੀ 8 ਝੋਪੜੀਆਂ ਗਏ, ਮਤਲਬ ਕਿ ਤੁਸੀਂ ਲਾ ਲਈਏ ਵੀ ਜੇ ਹੁਣ ਤਕਰੀਬਨ 40 ਦਿਨਾਂ ਦੇ ਵਿੱਚ ਜਾਂ ਫਿਰ 6 ਮਹੀਨੇ ਲਾ ਲਈਏ, ਜੇ 6 ਮਹੀਨੇ 6 ਕੁ ਮਹੀਨੇ ਦੇ ਵਿੱਚ ਤੁਸੀਂ 8 ਲੱਖ ਰੁਪਇਆ ਕੱਢ ਲਿਓ? ਹਾਂ 6 ਮਹੀਨਿਆਂ ਦੇ ਵਿੱਚ 6 ਮਹੀਨੇ ਲੱਗਦੇ ਨੇ ਸਾਨੂੰ, ਲੇਬਰ ਖਰਚਾ ਕੱਢ ਕੇ ਉਰਾਂ ਪਰਾਂ ਕੱਢ ਕੇ ਸਾਨੂੰ, ਚਲ ਕਈ ਵਾਰ ਘੱਟ ਵੀ ਬਚ ਸਕਦੇ, ਕਈ ਵਾਰ ਵੱਧ ਵੀ ਬਚ ਜਾਂਦੇ ਨੇ, ਇਹ ਤੇ ਰੇਟ ਦੇ ਹਿਸਾਬ ਨਾਲ ਕੰਮ ਚੱਲਦਾ ਹੈ। ਮਤਲਬ ਬਾਹਰ ਜਾਣ ਦੀ ਲੋੜ ਨਹੀਂ ਹੈ ਹੁਣ? ਨਾ ਬਾਹਰ, ਹੁਣ ਇੱਥੇ ਅਮਰੀਕਾ ਬਣਿਆ ਪਿਆ, ਹੁਣ ਸਾਰਾ ਕੁਝ ਸਭ ਅਮਰੀਕਾ ਦਾ ਵੀ ਉੱਪਰ ਕੰਮ ਹੈ, ਉਹ ਬਾਹਰ ਵੀ ਧੱਕੇ ਹੀ ਨੇ, ਬਾਹਰ ਕਿਹੜਾ ਕੋਈ ਜਾ ਕੇ ਬੰਦਾ ਚੋ ਜਾ ਕੇ ਵਿਹਲਾ ਬਹਿ ਕੇ ਖਾਂਦਾ, ਬਾਹਰ ਸਕਾ ਪਤਾ ਨਹੀਂ ਕਿੰਨਾ ਕੰਮ ਕਰਾਉਂਦੇ ਨੇ, ਇੱਥੇ ਤਾਂ ਆਪਾਂ ਫਿਰ ਵੀ ਰੁਕ ਜਾਂਗੇ, ਚੱਲ ਮਾੜਾ ਵੱਡਾ ਕੰਮ ਕਰ ਲਾਂਗੇ 10 ਮਿੰਟ ਰੁਕ ਕੇ, ਉੱਥੇ ਤਾਂ 5 ਮਿੰਟ ਉਹ ਤਾਂ ਟਾਈਮ ਨੋਟ ਕਰ ਲੈਂਦੇ ਵੀ ਹਾਂ ਵੀ ਇੰਨੇ ਟਾਈਮ ਦੇ ਵਿੱਚ ਤੂੰ ਆਇਆ, ਪਹੁੰਚਿਆ ਵੀ ਨਹੀਂ ਤਾਂ ਵੀ ਪਹੁੰਚਾ ਦਿੰਦੇ ਵੀ ਤੂੰ ਜਾ ਸਵੇਰੇ ਆਈ ਅੱਜ ਨਾ ਆਈ, ਤੂੰ ਲੇਟ ਹੋ ਗਿਆ। ਇੱਥੇ ਸਾਡੇ ਪਿੰਡ ਦੇ ਨੇ, ਇਹ ਤਾਂ ਜਦੋਂ ਮਰਜ਼ੀ ਆ ਜਾਣ, ਇਹ ਤਾਂ ਅਮਰੀਕਾ ਉਰੇ ਬਣਿਆ, ਜਦੋਂ ਮਰਜ਼ੀ ਜਾਣ ਜਦੋਂ ਮਰਜ਼ੀ ਆ ਜਾਂਦੇ ਨੇ, ਸਾਰਾ ਪਿੰਡ ਖੁਸ਼ ਰਹਿੰਦਾ ਸਾਡੇ ਤੇ ਬਿਲਕੁਲ। ਅੱਗੇ ਹੁਣ ਸਰਪੰਚੀ ਦਾ ਇਲੈਕਸ਼ਨ ਆ ਰਿਹਾ ਤੇ ਉਹ ਵੱਡੇ ਮੋਰੇ ਮੁੰਡੇ ਨੂੰ ਕਹਿੰਦਾ ਵੀ ਇਹਨੇ ਬੜਾ ਵਧੀਆ ਕੰਮ ਕਰਿਆ ਪਿੰਡ ਦੇ ਵਿੱਚ, ਸਾਰਾ ਪਿੰਡ ਸਾਰਾ ਖੁਸ਼ੀ ਨਾਲ, ਜੋ ਜੀ ਜਿੱਤਿਆ ਜਵਾਕ ਨੇ ਜਿਹੜੇ ਸਾਰੇ ਜਨਾਨੀਆਂ ਸਾਡੀਆਂ ਮਾਵਾਂ ਭੈਣਾਂ ਸਾਰੀਆਂ ਉਹ ਵੀ ਬੜੀਆਂ ਖੁਸ਼, ਉਹ ਵੀ ਕੰਮ ਕਰਦੀਆਂ ਨੇ, ਉਹ ਵੀ ਬੜਾ ਵਧੀਆ ਕਰ, ਉਹ ਵੀ ਪੈਸੇ ਕਮਾ ਕੇ ਲੈ ਜਾਂਦੀਆਂ ਨੇ। ਹੁਣ ਮੁੰਡੇ ਨੂੰ ਸਰਪੰਚ ਬਣਾ ਦੇ? ਹਾਂਜੀ ਬਣਾ ਦੇਣਾ ਜੀ, ਐਸੀ ਪਿੰਡ ਵਾਲਿਆਂ ਨੇ ਕਿਹਾ, ਮੈਂ ਕੁਛ ਨਹੀਂ ਕਿਹਾ ਜੀ, ਪਿੰਡ ਵਾਲਿਆਂ ਨੇ ਬਣਾਉਣਾ ਹੈ, ਜਦੋਂ ਖੁਸ਼ ਨੇ ਸਾਡੇ ਤੇ ਉਹ ਖੁਸ਼ ਨੇ ਵੀ ਵਧੀਆ ਕੰਮ ਕਰਦੇ ਨੇ, ਵਧੀਆ ਸਾਰੇ ਮੁੰਡਿਆਂ ਨੂੰ ਇਕੱਠੇ ਕਰੇ ਹੋਏ ਨੇ। ਬਾਪੂ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਪਿੰਡ ਕੇ ਮੁੰਡੇ ਵੀ ਗੈਰ ਲੱਗ ਰਹੇ ਆ, ਤੁਹਾਡੇ ਆਪਦੇ ਜਵਾਕ ਵੀ ਕੰਮ ਕਰ ਰਹੇ ਆ, ਕਿੰਨੇ ਕੁ ਜਿਹੜੇ ਲੋਕ ਤੁਹਾਡੇ ਕੋਲ, ਕਿੰਨੇ ਕੁ ਮੁੰਡੇ ਆ ਲੇਬਰ ਕੇ ਜਿਹੜੇ ਕੰਮ ਕਰ ਰਹੇ ਆ? ਸਾਡੇ ਕੋਲ ਹੈਗਾ ਜੀ ਮਤਲਬ ਕੋਈ 60 ਕੁ ਮੁੰਡੇ ਹੋਣੇ। ਅੱਛਾ 60? ਹਾਂ 60 ਮੁੰਡੇ, ਮਤਲਬ ਸਾਰੇ ਪਿੰਡ ਕੇ ਜਵਾਕ ਥਾਣੇ ਲਾ ਰੱਖੇ? ਹਾਂ ਸਾਰੇ ਪਿੰਡ ਦੇ ਮੁੰਡੇ, ਜਵਾਕ ਨੇ ਛੋਟੇ ਛੋਟੇ, ਉਹਨਾਂ ਨੂੰ ਪੈਸੇ ਦਿੰਦੇ ਹਾਂ ਅਸੀਂ, ਉਹ ਰਾਤ ਨੂੰ ਆ ਕੇ ਖੁੰਭ ਭਰਦੇ ਨੇ, 200 ਗ੍ਰਾਮ ਦੀ ਪੈਕਿੰਗ ਕਰਦੇ ਨੇ, ਉਹ ਵੀ ਭਰਦੇ ਨੇ 25-30 ਵੀ ਅੰਦਰ ਕੰਮ ਕਰੀ ਜਾਂਦੇ ਨੇ ਘਰੇ, ਉਹ ਵੀ ਸਾਰਾ ਕੰਮ ਪੈਕਿੰਗ ਕਰੀ ਜਾਂਦੇ ਨੇ, ਕੋਈ ਕੰਡਾ ਕਰੀ ਜਾਂਦਾ, ਕੋਈ ਸੀਡਿੰਗ ਕਰੀ ਜਾਂਦਾ, ਕੋਈ ਕੀ ਕੰਮ ਕਰੀ ਜਾਂਦਾ, ਜਵਾਕ ਆਪਣੇ ਲੱਗੇ ਰਹਿੰਦੇ ਨੇ ਵੀ ਇਹ ਆ ਵੀ ਜਿਹੜਾ ਉਹ ਇੱਧਰ ਭੱਜ ਨੱਠ ਸੀ ਉਹ ਉਹਨਾਂ ਦੀ ਬੰਦ ਹੈ, ਜਿਵੇਂ ਵੀ ਵਿਹਲੇ ਫਰੀ ਜਾਣਾ ਉਰਾਂ ਪਰਾਂ ਜਾਈ ਜਾਣਾ, ਤੋ ਉਹ ਬੰਦ ਹੈ, ਇੱਥੇ ਕੰਮ ਤੇ ਲੱਗੇ ਨੇ, ਕੰਮ ਬਹੁਤ ਵਧੀਆ ਕਰਦੇ ਨੇ। ਮਤਲਬ ਸਾਰੇ ਪਿੰਡ ਦੇ ਜਵਾਕਾਂ ਨੂੰ ਥਾਨੇ ਰੋਜ਼ਗਾਰ ਵੀ ਦੇ ਰਖਿਆ, ਬਹੁਤ ਬੜੀ ਗੱਲ ਆ ਕਿ ਬੱਚੇ ਨੂੰ ਨਸ਼ੇ ਤੇ ਵੀ ਬਚਾ ਰਖਿਆ ਥਾਨੇ। ਹਾਂ ਜੀ, ਨਸ਼ਾ ਪੱਤਾ ਜਦੋਂ ਕੰਮ ਨੂੰ ਲੱਗਿਆ ਫਿਰ ਨਸ਼ਾ ਪੱਤਾ ਤੇ ਧਿਆਨ ਨਹੀਂ ਉੱਧਰ ਹੋਣਾ, ਨਸ਼ੇ ਪੱਤੇ ਅਗਰ ਨਹੀਂ ਧਿਆਨ ਹੁੰਦਾ ਹੀ ਨਹੀਂ ਜਦੋਂ ਬੰਦਾ ਕੰਮ ਤੇ, ਕੋਈ ਵੀ ਕੰਮ ਹੈ ਜਦੋਂ ਆਪਾਂ ਕੰਮ ਕਰਨ ਲੱਗ ਪਈ ਉਹ ਦੇ ਮਾੜੀ ਸੰਗਤਾਂ ਨਹੀਂ ਰਲਦੇ, ਇੱਥੇ ਕੰਮ ਦੇ ਆਉਂਦੇ ਨੇ, ਕੰਮ ਆਪਣਾ ਕਰਕੇ ਚੁੱਪੜ ਕੇ ਲੰਘ ਜਾਂਦੇ ਨੇ, ਜੇ ਸਵੇਰੇ ਉੱਠ ਕੇ ਫੇਰ ਆ ਕੇ ਕੰਮ ਤੇ ਲੱਗ ਜਾਣਾ, ਤੇ ਜੇ ਆਪਾਂ ਕਿ ਆਮ ਬੰਦੇ ਨਾਲ ਰਲਾਂਗੇ ਕੋਈ ਕਿਹੋ ਜਿਹੀ ਮੱਤ ਦੇਗਾ, ਕੋਈ ਕਿਹੋ ਜਿਹੀ ਮੱਤ ਦਿੰਦਾ ਹੈ, ਆਪਣੇ ਕੰਮ ਤੇ ਆ ਕੇ ਲੱਗ ਜਾਂਦੇ ਨੇ, ਕੰਮ ਤੇ ਉੱਠ ਕੇ ਘਰੇ ਟੁੱਟ ਜਾਂਦੇ ਨੇ। ਤਾਂ ਮਤਲਬ ਜਿਹੜੇ ਪੜ੍ਹ ਰਹੇ ਆ ਜਵਾਕ ਉਹ ਵੀ ਸਰ ਲਵਾ ਕੰਮ ਕਰਾਂ ਫਿਰ ਗੈਲ ਗੈਲ ਪੜ੍ਹਾਈ ਵੀ ਕਰ ਰਹੇ ਆ? ਹਾਂ ਹਾਂ, ਜਿਹੜੇ ਮੁੰਡੇ ਚੰਗੇ ਪੜ੍ਹੇ ਨੇ, ਐਤਵਾਰ ਨੂੰ ਸਾਡੇ ਕੋਲ ਬਹੁਤ ਬੰਦੇ ਹੋਏ ਦੇ ਨੇ ਇਕੱਠੇ, ਜਿਵੇਂ ਐਤਵਾਰ ਨੂੰ ਸਾਡੇ ਅਸੀਂ ਐਤਵਾਰ ਨੂੰ ਤੜਾਈ ਕਰਦੇ ਜ਼ਿਆਦਾ, ਕਿਉਂ ਸ਼ਨੀਵਾਰ ਨੂੰ ਮੰਡੀ ਬੰਦ ਹੁੰਦੀ ਹੈ ਐਤਵਾਰ ਨੂੰ, ਤੇ ਸ਼ਨੀਵਾਰ ਨੂੰ ਅਸੀਂ ਮਾਲ ਤੋੜਨਾ ਹੈ, ਐਤਵਾਰ ਨੂੰ ਸੋਮਵਾਰ ਨੂੰ ਅਸੀਂ ਮੰਡੀਆਂ 'ਚ ਪਹੁੰਚਾਉਣਾ, ਉੱਧਰ ਸਾਰੀ ਇੱਥੇ ਲੇਬਰ ਕੰਮ ਕਰਦੀ ਹੈ, ਸਾਰੇ ਜਵਾਕ ਆ ਜਾਂਦੇ ਨੇ, ਸਾਰਾ ਵਧੀਆ ਕੰਮ ਕਰਕੇ ਆਪਣੇ, ਮਤਲਬ ਕਿ ਤੁਹਾਨੂੰ ਵੀ ਕਮਾਈ ਹੋ ਰਹੀ ਹੈ, ਤੁਸੀਂ ਗੈਲ ਪਿੰਡ ਕੇ ਲੋਕ ਵੀ ਜਿਹੜੇ ਕੰਮ ਪਾ ਲਾ ਰੱਖੇ? ਹਾਂ, ਕੰਮ ਤੇ ਲੱਗ ਰੱਖਣਾ, ਸਾਨੂੰ ਤਾਂ ਇੰਨੀ ਬੜੀ ਖੁਸ਼ੀ ਹੈ ਵੀ ਨਸ਼ਾ ਤੋਂ ਬਚ ਜਾਣਗੇ ਇਹ ਜਿਹੜੇ ਬਾਹਰ ਧੱਕੇ ਖਾਂਦੇ ਨੇ, ਹਰੇਕ ਬੰਦੇ ਨੇ ਅੱਜ ਸਾਡੇ ਪਿੰਡ 'ਚ ਇੰਨਾ ਨਸ਼ਾ ਨਹੀਂ ਹੈ, ਇਹ ਸਾਡੇ ਪਿੰਡ ਦੇ ਵਿੱਚ ਕੰਮ ਲੱਗੇ ਹੋਏ ਨੇ, ਸਾਰੇ ਕੰਮ ਲੱਗੇ ਨੇ, ਇਸ ਕਰਕੇ ਸਾਡੇ ਪਿੰਡ 'ਚ ਤਾਂ ਨਸ਼ਾ ਨਹੀਂ ਹੈ, ਨਹੀਂ ਤਾਂ ਹਰੇਕ ਪਿੰਡਾਂ ਦੇ ਵਿੱਚ ਨਸ਼ਾ ਹੈ, ਹਰੇਕ ਪਿੰਡਾਂ ਦੇ ਵਿੱਚ ਅਸੀਂ ਵੀਡੀਓ ਵੇਖਦੇ ਹਾਂ ਲੋਕਾਂ ਦੀਆਂ, ਪਿੰਡਾਂ ਦੇ ਵਿੱਚ ਕੋਈ ਕਿੱਥੇ ਡਿੱਗਿਆ ਪਿਆ, ਕੋਈ ਕਿੱਥੇ ਡਿੱਗਿਆ ਪਿਆ, ਕੋਈ ਕਿੱਥੇ ਡਿੱਗਿਆ ਪਿਆ, ਸਾਡਾ ਪਿੰਡ ਬਹੁਤ ਬਚਿਆ, ਬਹੁਤ ਵਧੀਆ ਕਿਰਪਾ ਮਾਲਕ ਦੀ, ਬਾਬੇ ਨਾਨਕ ਦੀ ਚੜ੍ਹਦੀ ਕਲਾ ਹੈ ਜੀ। ਬਾਪੂ ਗੱਲ ਕਰੀਏ ਕਿ ਜਿਹੜੇ ਥਾਂ ਆਪਾਂ ਖੜੇ ਹਾਂ, ਜੋ ਝੋਪੜੀਆਂ ਸਾਨੂੰ ਪਾ ਰਹੀਆਂ, ਕਿੰਨੇ ਕੁ ਏਰੀਏ ਦੇ ਵਿੱਚ ਆ ਜੋ ਜਿਹੜਾ ਪ੍ਰੋਜੈਕਟ ਲਾ ਰਿਹਾ? ਇਹ 1 ਕਿੱਲੇ 'ਚ ਹੈ ਜੀ।
ਇੱਕ ਕਿੱਲੇ 'ਚ ਹਾਂ ਇੱਕ ਕਿੱਲੇ ਦੇ ਵਿੱਚ ਲਾ ਕੇ ਅਸੀਂ ਇਹ ਬਾਅਦ 'ਚ ਜਦੋਂ ਅਸੀਂ ਇਹਨਾਂ ਨੂੰ ਪੱਟ ਕੇ ਇਕੱਠਾ ਕਰ ਦਿੰਦੇ ਹਾਂ ਸਮਾਨ, ਇਕੱਠਾ ਕਰਕੇ ਜਦੋਂ ਜੀਰੀ ਵੱਢ ਕੇ ਫਿਰ ਨਾਲ ਦਿਆਂ ਕੰਮ ਅਸੀਂ ਸਟਾਰਟਿੰਗ ਕਰ ਦਿੰਦੇ ਹਾਂ। ਫਿਰ 6 ਮਹੀਨੇ ਸਾਨੂੰ ਕਰਸਾਹ ਤੱਕ, ਹੁਣ ਕਰਸਾਹ ਤੱਕ ਸਾਡਾ ਕੰਮ ਚੱਲੇਗਾ, ਕਰਸਾਹ ਤੋਂ ਬਾਅਦ ਬੰਦ ਹੋ ਜਾਏਗਾ। ਕਿੰਨਾ ਖਰਚਾ ਦੱਸਿਆ ਤੁਸੀਂ ਇੱਕ ਝੋਪੜੀ ਦੇ ਉੱਪਰ? 4.5 ਲੱਖ ਰੁਪਇਆ ਖਰਚਾ ਹੁੰਦਾ। 4.5 ਲੱਖ? ਹਾਂਜੀ। ਔਰ ਮਤਲਬ ਇੱਕ ਤਕਰੀਬਨ 40 ਦਿਨਾਂ ਦੇ ਵਿੱਚ ਉਹ ਝੋਪੜੀ 1 ਲੱਖ ਰੁਪਇਆ ਛੱਡ ਜਾਂਦੀ? ਹਾਂਜੀ 1 ਲੱਖ ਰੁਪਇਆ ਛੱਡ ਜਾਂਦੀ। ਬਹੁਤ ਵੱਡੀ ਕਮਾਈ ਆ ਜਿਸ ਤਰ੍ਹਾਂ ਬਾਪੂ ਹੋਰੀ ਦੱਸ ਰਹੇ ਵੀ 40 ਦਿਨਾਂ ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਹੋਰ ਫਸਲ ਬੀਜ ਲਓ, ਮੈਂ ਕਹਾਂ ਵੀ 40 ਦਿਨਾਂ ਦੇ ਵਿੱਚ ਇੰਨੀ ਕਮਾਈ ਦਿੰਦੀ ਨਹੀਂ ਹੈ। ਤਾਂ ਬਾਪੂ ਗੱਲ ਕਰੀਏ ਵੀ ਪਿੱਛਾ ਜੋ ਕੀ ਚੀਜ਼ ਆ ਜਿਹੜੀ ਉਹ ਚੀਜ਼ ਪਈ ਆ ਪਿੱਛਾ? ਇਹ ਚੀਜ਼ ਨਾ ਜਿਹੜੀ ਆਹ ਚੀਜ਼ ਇਹਨੇ ਹੀ ਸਾਰਾ ਖੁੰਭ ਇਹਨੇ ਖੁੰਭ ਕਢਾ ਕੇ ਦੇਣੀ ਹੈ। ਇਹਨੇ ਇਹ ਜਦੋਂ ਆਪਾਂ ਪਿੰਨ ਬਣ ਜਾਂਦੀ ਹੈ, ਮਟਰ ਦਾਣਾ ਬਣ ਜਾਂਦਾ ਹੈ, ਅਸੀਂ ਉਹਦੇ ਉੱਤੇ ਇਹ ਪਾ ਕੇ ਉੱਪਰ ਫਿਰ ਇਹਨੂੰ ਪਾਣੀ ਲਾ ਕੇ ਨਾਲ ਦਾ ਪਾ ਕੇ ਪਾਣੀ ਲਾ ਦੇਣਾ ਅਤੇ ਫਿਰ 10-12 ਦਿਨਾਂ ਬਾਅਦ ਖੁੰਭ ਚਾਲੂ ਹੋ ਜਾਂਦੀ ਹੈ, ਫੁੱਲ ਚੱਲ ਪੈਂਦੇ ਨੇ, ਫਿਰ ਬੈੱਡ ਸਾਰੇ ਚੱਲ ਪੈਂਦੇ ਨੇ। ਹਾਂ ਫਿਰ ਉਸ ਤੋਂ ਬਾਅਦ ਸਾਡੀ ਫਿਰ ਅਸੀਂ ਤੜਾਈ ਸ਼ੁਰੂ ਕਰ ਦਿੰਦੇ ਹਾਂ। ਮਤਲਬ ਕਿ ਇਹਨਾਂ ਝੋਪੜੀਆਂ ਦੇ ਅੰਦਰ ਸਾਨੇ ਬੈੱਡ ਬਣਾ ਰੱਖੇ ਆ? ਹਾਂ ਬੈੱਡ ਬਣਾ ਰੱਖੇ। ਇੱਕ ਝੋਪੜੀ ਮੈਂ ਕਿੰਨੇ ਬੈੱਡ ਬਣ ਜਾ? 20 ਬੈੱਡ ਨੇ। 20 ਬੈੱਡ? ਹਾਂ ਇਹ 60 ਲੰਬਾਈ ਹੈ, 40 ਚੜਾਈ ਹੈ। ਅੱਛਾ ਮਤਲਬ ਉੱਪਰ ਥੱਲਾ ਵੀ ਹੋਆ ਬੈੱਡ? ਹਾਂ ਉੱਪਰ ਥੱਲੇ ਨੇ ਬੈੱਡ, ਉੱਪਰ ਥੱਲੇ ਨੇ। ਆਜੋ ਆਪਾਂ ਇੱਕ ਵਾਰੀ ਅੰਦਰ ਤੇ ਵੀ ਤੁਹਾਨੂੰ ਝੋਪੜੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਸ ਦੇ ਅੰਦਰ ਖੁੰਬਾਂ ਜਿਹੜੀਆਂ ਬੀਜੀਆਂ ਜਾ, ਕਿਉਂਕਿ ਬਹੁਤ ਬੜਾ ਕਮਾਈ ਦਾ ਸਾਧਨ ਆ। ਲੋਕ ਕਹਿ ਰਹੇ ਹਾਂ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ, ਪਰ ਬਾਪੂ ਹੋਰੇ ਕਹਾਂ ਵੀ ਜਿਹੜਾ ਕੰਮ ਕਰਨਾ ਜਿਹੜਾ ਬੰਦਾ ਸਿੱਖ ਗਿਆ ਉਹਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ। ਤੁਸੀਂ ਦੇਖ ਸਕੋ ਜੋ ਪਈਆਂ ਗ੍ਰਨੇਡ ਭਰੇ ਖੁੰਬਾਂ ਗੇ, ਜੋ ਨੀਰੀਆਂ ਖੁੰਬਾਂ ਹੀ ਆ ਜੋ ਬਾਪੂ ਹੋਰਾਂ ਨੇ ਕਿਸ ਤਰ੍ਹਾਂ ਨਵੀਂ ਤਿਆਰ ਕਰੀਆਂ। ਜੋ ਦੇਖੋ ਤੁਸੀਂ ਕੱਡੇ ਕੱਡੇ ਸ਼ੈੱਡ ਬਣਾ ਰੱਖੇ ਆ, ਉਰੇ ਖੜ ਜਾਓ ਬਾਪੂ ਜੀ, ਆਪਾਂ ਉਰੇ ਹੀ ਖੜ ਕੇ ਗੱਲਬਾਤ ਕਰ ਲੈਂਦੇ ਹਾਂ। ਅਤੇ ਆਹ ਦੇਖ ਲਓ ਵੀ ਤੁਹਾਨੂੰ ਜੋ ਖੁੰਬਾਂ ਬੀਜ ਰੱਖੀਆਂ ਬਾਪੂ, ਜਿਸ ਤਰ੍ਹਾਂ ਉਹ 20 ਸ਼ੈੱਡ, ਕਿੰਨਾ ਇੱਕ ਸ਼ੈੱਡ ਕਿੰਨਾ ਪੂਰਾ ਲੰਬਾ ਹੋਇਆ? ਜੋ ਇਹ ਆਪਣੇ 60 ਫੁੱਟ ਲੰਬਾਈ ਹੈ। ਅੱਛਾ 60 ਲੰਬਾਈ ਹੈ, 40 ਚੜਾਈ ਹੈ। 40 ਫੁੱਟ ਚੜਾਈ? ਹਾਂ 20 ਬੈੱਡ ਨੇ ਇਹਦੇ 'ਚ, 4-4 ਬੈੱਡ ਨੇ, 20 ਬੈੱਡ ਨੇ। 20 ਬੈੱਡ? ਹਾਂ 20 ਬੈੱਡ ਨੇ ਇਹਦੇ 'ਚ। ਪਰ ਬਾਪੂ ਫਿਰ ਜਿਸ ਤਰ੍ਹਾਂ ਤੁਸੀਂ ਜੋ ਬੈੱਡਾਂ ਜਿਹੜੇ ਤੁਸੀਂ ਬਣਾਏ ਆ, ਜੇ ਕੋਈ ਮੇਰੇ ਵਰਗਾ ਹੋਰ ਕਹਿ ਦੇ ਵੀ ਬਾਪੂ ਮੈਂ ਵੀ ਉਹ ਸਿੱਖਣਾ ਕੰਮ ਆ, ਹੋਰ ਤੁਹਾਨੂੰ ਸਿਖਾ ਵੀ ਦਿਓ? ਹਾਂ ਸਿਖਾ ਦਿੰਦੇ, ਜੇ ਕੋਈ ਆਏਗਾ ਇਹ ਤਾਂ ਆਪਣਾ ਦਿਮਾਗ ਨੇ ਕੰਮ ਕਰਨਾ ਹੈ, ਜਿਹਦੇ ਦਿਮਾਗ 'ਚ ਉਹਦੇ ਨੌਲੇਜ ਆ ਗਈ। ਹੁਣ ਬਾਹਰ ਜਾਂਦੇ ਨੇ ਮੁੰਡੇ, ਬਾਹਰ ਵੀ ਇੰਝ ਕੰਮ ਕਰਦੇ ਨੇ ਵੀ ਜੇ ਕੋਈ ਦਿਮਾਗ 'ਚ ਕੋਈ ਕੰਮ ਇੱਥੋਂ ਸਿੱਖ ਕੇ ਆਉਂਦੇ, ਉਹ ਕੰਮ ਨਹੀਂ ਪੂਰਾ ਹੁੰਦਾ ਉਹਨਾਂ ਕੋਲੋਂ, ਫਿਰ ਹੋਰ ਕੰਮ ਸਿੱਖਣ ਲੱਗ ਪੈਂਦੇ ਨੇ। ਜੇ ਆ ਗਿਆ ਦਿਮਾਗ 'ਚ ਠੀਕ ਨਹੀਂ ਤਾਂ ਫਿਰ ਅਗਲਾ ਉਹ ਦੂਜਾ ਕੰਮ ਤਾਂ ਦਿਹਾੜੀ ਮਿਹਨਤ ਵਾਲਾ ਤਾਂ ਕਰੇਗਾ ਹੀ ਫਿਰ। ਇਹ ਵੀ ਇਹੀ ਕੰਮ ਇਹ ਆ, ਜੇ ਤਾਂ ਉਹਦੇ ਕੰਮ ਦਿਮਾਗ 'ਚ ਆ ਗਿਆ ਵੀ ਬਿਲਕੁਲ ਅਸੀਂ ਮੈਂ ਇਹ ਕੰਮ ਕਰ ਸਕਦਾ, ਇਹ ਮਨ ਧਾਰ ਕੇ ਕੰਮ ਕਰਨਾ ਪੈਂਦਾ ਪੂਰਾ ਜ਼ੋਰ ਨਾਲ ਵੀ ਹਾਂ ਮੈਂ ਕੰਮ ਤਕੜਾ ਹੋ ਗਏ ਵੀ ਇਹ ਨਹੀਂ ਮਾੜੇ ਦਿਲ ਨਾਲ ਕੰਮ, ਇਹ ਮਾੜੇ ਦਿਲ ਵਾਲਾ ਕੰਮ ਹੈ ਹੀ ਨਹੀਂ ਮਾੜੇ ਦਿਲ ਦਾ, ਇਹ ਪੂਰੀ ਜਾਨ ਨਾਲ ਕੰਮ ਕਰਨਾ ਪੈਣਾ ਹੈ। ਬਾਪੂ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਹਾਂ ਵੀ 20 ਸ਼ੈੱਡ ਤੁਸੀਂ ਇੱਕ 20 ਬੈੱਡ ਇੱਕ ਉਸ ਸ਼ੈੱਡ ਦੇ ਵਿੱਚ, ਇੱਕ ਝੋਪੜੀ ਦੇ ਵਿੱਚ ਤਾਂ ਤੁਸੀਂ 8 ਝੋਪੜੀਆਂ ਲਾ ਰੱਖੀਆਂ। ਹੋਰ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਲੋਕ ਆਵਾਂ, ਰਿਸ਼ਤੇਦਾਰ ਆਵਾਂ ਜਾਂ ਫਿਰ ਹੋਰ ਸੜਕ ਪਾ ਨੂੰ ਲੰਘਾ ਲੋਕ, ਉਹ ਤੁਹਾਨੂੂੰ ਦੇਖ ਕੇ ਪੁੱਛਾਂ ਵੀ ਬਾਪੂ ਜੀ ਉਹ ਕਈ ਪ੍ਰੋਜੈਕਟ ਲਾ ਰੱਖਿਆ? ਹਾਂ ਪੁੱਛਦੇ ਨੇ, ਲੰਘਦੇ ਕਈ ਵਾਰ ਸਿੱਧਾ ਉਰੇ ਆ ਜਾਂਦੇ ਨੇ, ਰੋਡ ਤੋਂ ਜਾਂਦੇ ਜਾਂਦੇ ਕਾਰਾਂ ਲੈ ਕੇ ਆਉਂਦੇ ਨੇ, ਕਾਰਾਂ ਵਾਲੇ ਆਉਂਦੇ, ਬੜੇ ਤਰ੍ਹਾਂ ਸਰਸੇ ਰਾਣੀਆਂ ਇੱਧਰੋਂ ਬੰਦੇ ਬਹੁਤ ਆਉਂਦੇ ਨੇ ਸਾਡੇ ਇੱਧਰ ਪਿੰਡਾਂ 'ਚ ਆਉਂਦੇ ਨੇ, ਇੱਧਰ ਜਿਵੇਂ ਕੁੜੇ ਇੱਧਰ ਕੁਲਛੇਤਰ ਤੋਂ ਹੋ ਗਏ, ਪਾਣੀਪਤ ਕਰਨਾਲ ਤੋਂ ਇੱਧਰ ਰਿਸ਼ਤੇਦਾਰੀਆਂ 'ਚ ਆਉਂਦੇ ਨੇ, ਇੱਥੋਂ ਜਦੋਂ ਲੰਘਦੇ ਨੇ ਉਹ ਵਹਿੰਦੇ ਨੇ ਵੀ ਇਹ ਝੋਪੜੀਆਂ 'ਚ ਕੀ ਪਾਇਆ ਹੈ, ਉਹ ਫਿਰ ਆ ਕੇ ਵੇਖ ਕੇ ਜਾਂਦੇ, ਨਾਲੇ ਮਸ਼ਰੂਮ ਲੈ ਜਾਂਦੇ, ਨਾਲੇ ਖੁਸ਼ ਹੁੰਦੇ ਨੇ ਵੀ ਇਹ ਬੜਾ ਵਧੀਆ ਪ੍ਰੋਗਰਾਮ ਕਰਿਆ ਤੁਸੀਂ। ਹਾਂਜੀ ਤਾਂ ਬਾਪੂ ਜੇ ਪਰ ਕੋਈ ਬੰਦਾ ਸਿੱਖਣਾ ਚਾਹੇ ਜਾਂ ਫਿਰ ਜੋ ਕੋਈ ਬੰਦਾ ਪ੍ਰੋਜੈਕਟ ਲਾਉਣਾ ਚਾਹੇ, ਤੁਸੀਂ ਉਸਦੀ ਮਦਦ ਵੀ ਕਰੋ? ਹਾਂ ਉਹਦੀ ਮਦਦ ਕਰਦੇ ਹਾਂ ਅਸੀਂ, ਸੱਚੇ ਆਤਮਾ ਨਾਲ ਕਰਦੀ ਹੈ, ਅੰਦਰ ਬਾਪ ਬੇਈਮਾਨਾ ਰੱਖ ਕੇ ਨਹੀਂ ਕਰਨਾ, ਜਿਹਦੇ ਨਾਲ ਕਿਹਾ ਵੀ ਹਾਂ ਕਰਤੀ ਹੈ ਉਹਨੂੰ ਹਾਂ ਹੀ ਕਰਕੇ ਰੱਖਣੀ ਹੈ। ਇਹ ਨਹੀਂ ਵੀ ਇਹਨੂੰ ਇਹ ਵੀ ਅਸੀਂ ਲਾ ਲੈਣੇ ਇਹ ਕਿਉਂ ਲਾ ਰਿਹਾ, ਨਾ ਇਹ ਸਾਡੇ ਕੋਲ ਕੋਈ ਨਹੀਂ, ਅਸੀਂ ਤਾਂ ਉਹਨੂੰ ਕਹਿੰਦੇ ਲਾ ਪਾਈ ਤੇਰੇ ਕਰਮਾਂ ਦਾ,
ਤੇਰੇ ਕਰਮ ਨੇ, ਅਸੀਂ ਤਾਂ ਤੇਰੇ ਨਾਲ ਪੂਰਾ ਸਾਥ ਦਿਆਂਗੇ, ਅੱਗੇ ਤੇਰੇ ਮੁਕੱਦਰ ਨੇ। ਨਾ ਬਾਪੂ ਫਿਰ ਜਿਸ ਤਰ੍ਹਾਂ ਹੁਣ ਪਹਿਲੀ ਵਾਰੀ ਨਵਾਂ ਬੰਦਾ ਸ਼ੁਰੂ ਕਰਾ, ਉਸ ਨੂੰ ਤਾਂ ਜੋ ਝੋਪੜੀ ਜੀ ਬਣਾਉਣੀ ਨਹੀਂ ਆਉਂਦੀ, ਫਿਰ ਥਾਰੇ ਮੁੰਡੇ ਬਣਾ ਦੇ ਹਾਂ ਝੋਪੜੀ। ਹਾਂ ਬਣਾ ਦੇਣਗੇ, ਉਹ ਬਣਾ ਕੇ ਆ ਜਾਣਗੇ, ਸਾਰਾ ਕੋਈ ਵਾਂਸ ਮੰਗਾ ਲੈਣਗੇ ਅੰਬਾਲੇ ਤੋਂ, ਵਾਂਸ ਲਿਆਉਂਦੇ ਹਾਂ 1500 ਵਾਂਸ ਲੱਗਦਾ ਇੱਕ ਤੇ, 1500 ਵਾਂਸ ਲੱਗ ਕੇ ਝੋਪੜੀ ਉਹਦੀ ਤਿਆਰ ਕਰ ਦਾਂਗੇ। ਤੇ ਬਾਪੂ ਜਿਹੜਾ ਗੱਲ ਕਰੀਏ ਕਿ ਥਾਰੇ ਮੁੰਡੇ ਜਦ ਬਣਾਉਣ ਜਾਂ ਕਿਤੇ ਜਾਹਾਂ ਵੀ ਆ ਹੁਣ ਦੂਰ ਬਣਾਉਣ ਵਾਸਤੇ? ਹਾਂ ਜਾਂਦੇ ਨੇ। ਕਿੱਥਾ ਕਿੱਥਾ ਜਾਹਾਂ? ਜਿਵੇਂ ਇਹ ਤੇ ਆਪਣੇ ਅੰਬਾਲੇ ਟੁਰ ਗਏ, ਆ ਸਰਹੰਦ, ਇੱਧਰ ਆਪਣੇ ਪਾਤਰਾਂ ਕੰਨੀ ਸਾਈਡ, ਇੱਧਰ ਕਈ ਥਾਂ ਲੈ ਕੇ ਗਏ ਨੇ ਮੁੰਡਿਆਂ ਨੂੰ, ਜਵਾਕਾਂ ਨੂੰ ਲੋਕ ਲੈ ਕੇ ਜਾਹਾਂ, ਮਤਲਬ ਵੀ ਭਾਈ ਮਾਨੇ ਵੀ ਉਹ ਪ੍ਰੋਜੈਕਟ ਸ਼ੁਰੂ ਕਰਨਾ ਮਾਰੀ ਝੋਪੜੀ ਬਣਾ ਕੇ। ਹਾਂਜੀ ਹਾਂਜੀ, ਲੈ ਕੇ ਜਾਂਦੇ ਨੇ, ਫਿਰ ਜਦੋਂ ਝੋਪੜੀ ਬਣਾ ਦਿੰਦੇ ਆ, ਜਦੋਂ ਮਾਲ ਉਹ ਭਰ ਕੇ ਤਿਆਰ ਕਰ ਦਿੰਦੇ, ਫਿਰ ਮੁੰਡੇ ਨੂੰ ਲੈ ਜਾਂਦੇ ਨੇ ਸੱਦ ਕੇ, ਵੀ ਇਹ ਵੇਖ ਕੇ ਆ ਵੀ ਇਹ ਕਿਵੇਂ ਦਾ, ਵੀ ਠੀਕ ਚੱਲ ਰਹੀ ਕਿ ਕਿਵੇਂ ਚੱਲ ਰਹੀ ਹੈ, ਮਤਲਬ ਦੇਖਭਾਲ ਵੀ ਵਿੱਚ ਨੂੰ ਕਰਨੀ। ਹਾਂਜੀ, ਦੇਖਭਾਲ ਸਭ ਤੋਂ ਵੱਡੀ ਇਹਦੀ ਦੇਖਭਾਲ ਹੀ ਹੈ, ਹੋਰ ਇਹਦੇ 'ਚ ਇੰਨਾ ਕੋਈ ਭਰ ਕੇ ਤਾਂ ਆਪਾਂ ਛਿੱਟਾ ਮਾਰ ਕੇ ਸੁੱਟ ਜਾਈਏ ਜੀਰੀ 'ਚ, ਅਤੇ ਕਣਕ ਕੁਣਕ ਬੀਜਣੀ ਹੋਵੇ, ਜੇ ਆਪਾਂ ਉਹਦੀ ਗੌਰ ਨਹੀਂ ਕਰਾਂਗੇ ਤਾਂ ਉਹਨੂੰ ਆਉਣਾ ਕੀ ਹੈ? ਆਹ ਚੱਕਰ ਇਹਦੇ ਨਾਲ, ਇਹ ਉਹਦੇ ਨਾਲੋਂ ਵੀ ਜ਼ਿਆਦਾ ਮਿਹਨਤ ਹੈ ਉਹਦੇ 'ਤੇ। ਅਜੋ ਜੇ ਆਪਾਂ ਪਾਣੀ ਕਦੇ ਕਦਾਈ ਲਾਉਣਾ ਕਣਕ ਨੂੰ, ਇਹ ਤਾਂ ਅੱਜ ਪਾਣੀ ਨਹੀਂ ਪਰਸੋਂ ਦੋ, ਇਹਨੂੰ ਪਾਣੀ ਘੱਟੋ ਘੱਟ ਵੀ 5-7 ਦਿਨਾਂ 'ਚ ਪਾਣੀ ਲਾਉਣਾ ਪੈਂਦਾ ਹੈ। ਇਹ 'ਤੇ ਲੱਗਦਾ ਇੱਕ ਇੱਕ ਆਪਣੇ ਛੱਡ 'ਤੇ ਲੱਗਦਾ ਹੈ 400 ਆਪਣੇ 1000 ਲੀਟਰ ਦੀ ਟੈਂਕੀ ਹੈ, 4000 ਲੀਟਰ ਲੱਗਦਾ ਪਹਿਲੇ ਦਿਨ, ਪਹਿਲੇ ਦਿਨ 4000 ਲੱਗਦਾ, ਫਿਰ ਉਸ ਤੋਂ ਬਾਅਦ 'ਚ ਘਟੀ ਜਾਣਾ ਇਹਨੇ ਪਾਣੀ ਨੇ। ਫਿਰ ਇੱਕ ਇੱਕ ਟੈਂਕ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਕਿ ਉੱਪਰ ਖਰਚਾ ਵੀ ਬਹੁਤ ਆ, ਸਾਰਾ ਕੁਛ ਆ, ਤਾਂ ਇੰਨਾ ਖਰਚਾ ਮੇਨਟੇਨ ਹੋ ਜਾ ਫਿਰ ਵੀ ਸਾਰਾ ਜਿਹੜਾ ਖਰਚਾ ਕੱਢ ਗਾ? ਪਹਿਲਾਂ ਤਾਂ ਸ਼ੁਰੂ ਮਾ ਇੱਕ ਵਾਰੀ ਤਾਂ ਬੰਦੇ ਨੂੰ ਮਤਲਬ ਕੀ ਕਹਿ ਲੋਨ ਲੂਨ ਲੈਣਾ ਪੈਂਦਾ ਹੋਣਾ, ਇਹ ਪਤਾ ਚੱਕਰ ਕੀ ਹੈ ਬੰਦੇ ਨੂੰ, ਇਹ ਇਹ ਅਸੀਂ ਸਾਡੇ ਕੋਲ ਤਾਂ ਮਾਲਕ ਦੀ ਕਿਰਪਾ ਨਾਲ, ਅਸੀਂ ਸਾਡੇ ਕੋਲ ਪੈਸਾ ਰੱਬ ਨੇ ਹੀ ਸਾਡੇ ਸਾਥ ਦਿੱਤਾ ਹੈ, ਨਾ ਸਾਡੇ ਕੋਲ ਪੈਸਾ ਸੀ ਨਾ ਕੋਈ ਚੀਜ਼ ਸੀ, ਇਹ ਤਾਂ ਰੱਬ ਨੇ ਸਾਥ ਦਿੱਤਾ ਹੈ। ਜੇ ਕਦੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ, ਕਹਿੰਦਾ ਜਦੋਂ ਰੱਬ ਬਾਂਹ ਫੜਦਾ ਆ ਗਿਆ ਆਪਣੇ ਆਪ ਉੱਧਰ ਲੈ ਜਾਂਦਾ ਹੈ ਜਿੱਧਰ ਸਹੀ ਕੰਮ ਚੱਲਦਾ ਹੈ, ਅਤੇ ਸਾਨੂੰ ਤਾਂ ਸਾਡੇ ਕੋਲ ਤਾਂ ਮਾਲਕ ਦੀ ਕਿਰਪਾ ਇੰਝ ਰਹੀ ਹੈ, ਬਸ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਸੀ ਵੀ ਅਸੀਂ ਇਹ ਕੰਮ ਦੇ ਵਿੱਚ ਵੀ ਪੈ ਜਾਂਗੇ, ਇਹ ਤਾਂ ਬਸ ਮਾਲਕ ਨੂੰ ਪਤਾ ਹੈ, ਉਹ ਬਾਬੇ ਨਾਨਕ ਨੂੰ ਪਤਾ, ਨਹੀਂ ਤਾਂ ਸਾਨੂੰ ਕੋਈ ਪਤਾ ਨਹੀਂ ਸੀ। ਅਤੇ ਅੱਜ ਦੀ ਕਿੰਨਾ ਕੁ ਜਿਹੜਾ ਸਮਾਂ ਹੋ ਗਿਆ ਸਾਨੂੰ ਕੰਮ ਕਰਦੇ ਨੂੰ? ਇਹਨੂੰ ਸਾਨੂੰ 10 ਸਾਲ ਹੋ ਚੱਲੇ ਨੇ। 10 ਸਾਲ ਹੋ ਗਏ? ਹਾਂਜੀ, 10 ਸਾਲਾਂ ਦੇ ਵਿੱਚ ਬਾਪੂ ਨੇ ਹੱਥ ਰੰਗ ਲਏ ਹੋਣੇ ਪੂਰੇ, ਬਸ ਕਿਰਪਾ ਮਾਲਕ ਦੀ, ਫਿਰ ਸਾਰਾ ਕੁਝ ਉਹਦੇ ਕੋਲ ਹੀ ਹੈ। ਹੁਣ ਤਾਂ ਅਮਰੀਕਾ ਉਰੀ ਬਣਾ ਰੱਖਿਆ, ਅਮਰੀਕਾ ਸਾਰਾ ਕੁਝ ਰਹੀ ਹੈ, ਇੱਥੇ ਖੁਸ਼ ਰਹਿੰਦੇ ਹਾਂ, ਬੱਚਿਆਂ 'ਚ ਰਹਿੰਦੇ ਹਾਂ, ਸਾਰਾ ਹੱਸਦੇ ਖੇਡਦੇ ਰਹਿੰਦੇ ਹਾਂ, ਨਜ਼ਾਰੇ ਲੈਂਦੇ ਹਾਂ, ਉਹ ਅਤੇ ਸਾਰੇ ਬੰਦੇ ਕੰਮ ਕਰਦੇ, ਜਵਾਕ ਕਰਦੇ ਨੇ ਆਪਣੇ, ਬਹੁਤ ਵਧੀਆ ਮਿਹਨਤ ਕਰਦੇ ਨੇ, ਵਧੀਆ ਚੱਲਦਾ। ਹਾਂ ਵਧੀਆ, ਸਾਰਾ ਪਿੰਡ ਵੀ ਖੁਸ਼, ਨਾਲੇ ਆਪਾਂ ਖੁਸ਼, ਨਾਲੇ ਪਿੰਡ ਖੁਸ਼, ਸਾਰਾ ਕੁਝ ਖੁਸ਼ ਹੈ। ਮਤਲਬ ਬੱਚੇ ਵੀ, ਤੁਸੀਂ ਬਹੁਤ ਵੱਡੀ ਗੱਲ ਆ ਵੀ ਜਿਹੜੇ ਨਸ਼ੇ 'ਤੇ ਬਚਾ ਰੱਖੇ ਆ, ਬੱਚੇ ਰੁਜ਼ਗਾਰ ਦੇ ਰੱਖਿਆ, ਮੈਂ ਕਹਾਂ ਵੀ ਸਰਕਾਰ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਬਾਪੂ ਨੂੰ ਵੀ, ਜਿਹੜੇ ਨੇ ਐਡਾ ਮਤਲਬ ਕਿ ਪਿੰਡ ਕੇ ਬੱਚਿਆਂ ਨੂੰ ਰੁਜ਼ਗਾਰ ਦਿਆ ਔਰ ਐਡਾ ਪ੍ਰੋਜੈਕਟ ਲਾ ਕੇ ਬੱਚਿਆਂ ਨੂੰ ਮਾੜੇ ਪਾਸੇ 'ਤੇ ਰੋਕਣ ਗਾ, ਕਿਉਂਕਿ ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਆ ਵੀ ਵਿਹਲਾ ਮਨ ਸ਼ੈਤਾਨ ਕਾ ਘਰ, ਵੀ ਬੱਚੇ ਨਸ਼ੇ ਵਗੈਰਾ ਦੇ ਵਿੱਚ ਵੜ ਰਹੇ ਆ, ਪਰ ਬਾਪੂ ਹੋਰਾਂ ਨੇ ਕੰਮ ਦੇ ਰੱਖਿਆ ਜਿਸ 'ਚ ਗੈਲ ਬੱਚੇ ਉਸ ਪਾਸਾ ਜਾਂਦੇ ਹੋ ਨਹੀਂ। ਤਾਂ ਬਾਪੂ ਜੀ ਗੱਲ ਕਰਾਂਗੇ ਐਂਡ ਕੇ ਵਿੱਚ ਕਿ ਜੇਕਰ ਕੋਈ ਵੀ ਬੰਦਾ ਤੁਹਾਡੇ ਗੱਲ ਸੰਪਰਕ ਕਰਨਾ ਚਾਹੇ ਆ, ਤੁਹਾਡੇ 'ਤੇ ਸੁੜਕਾ ਜੋ ਪ੍ਰੋਜੈਕਟ ਲਾਉਣਾ ਚਾਹੇ, ਤਾਂ ਉਸਕੀ ਤੁਸੀਂ ਮਦਦ ਕਰ ਦਿਓਗੇ ਪੂਰੀ? ਹਾਂ ਕਰ ਦਿਆਂਗੇ ਪੂਰੀ, ਅਸੀਂ ਪਿੰਦਰ ਪਾਪ ਵੀ ਮਨ ਰੱਖ ਕੇ ਕਰਨਾ ਹੀ ਨਹੀਂ। ਜਦੋਂ ਉਹ ਵੀ ਪਤਾ ਚੱਕਰ ਕੀ, ਉਹ ਵੀ ਜੇ ਕਿ ਪਿੰਡ 'ਚ ਲਾਏਗਾ ਛੱਡ, ਕੋਈ ਇਹ ਜੀ ਝੋਪੜੀ ਲਾਏਗਾ, ਉਹ ਪਿੰਡ ਦੇ ਬੰਦੇ ਨਸ਼ੇ ਦੇ ਜਵਾਕ ਜਿਹੜੇ ਉਹਨਾਂ ਪਰਾਂ ਘੁੰਮਦੇ ਨੇ, ਉੱਥੇ ਕੰਮ ਕਰਨਗੇ, ਨਸ਼ੇ ਤੋਂ ਬਚਣਗੇ, ਸਾਰੇ ਕੰਮ ਨਸ਼ੇ ਦੇ, ਜੇ ਉਹ ਜੇ ਉੱਥੇ ਲੱਗ ਜਾਏਗਾ ਸਾਨੂੰ ਬੜੀ ਖੁਸ਼ੀ ਹੋਏਗੀ ਵੀ ਉੱਥੇ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ, ਵੀ ਕਿਉਂ ਆਪਣੇ ਕੰਮ ਨੂੰ ਲੱਗ ਜਾਣਗੇ, ਉਹ ਪਿੰਡ ਦੇ ਵਿੱਚ ਨਸ਼ਾ ਬਿਲਕੁਲ ਖਤਮ ਹੋ ਜਾਏਗਾ, ਕਿਉਂ ਹਰੇਕ ਚੀਜ਼ ਦਾ ਫਿਰ ਬੰਦੇ ਨੂੰ ਨੌਲੇਜ ਆਉਂਦੀ ਵੀ ਭਾਈ ਮੈਂ ਆਹ ਕੰਮ ਇਹਨਾਂ ਨੇ ਕਰਿਆ, ਅਸੀਂ ਵੀ ਹਿੰਮਤ ਕਰੀਏ ਅਤੇ ਅਸੀਂ ਵੀ ਆਹ ਕੰਮ ਕਰੀਏ, ਉਹ ਪਰ ਆਹ ਚੱਕਰ ਹੋ ਜਾਂਦਾ ਹੈ।
ਉਹ ਜੇ ਬੱਚੇ ਫਿਰ ਇਸ ਕਰਕੇ ਨਸ਼ੇ ਵਾਲੇ ਪਾਸੇ ਫਿਰ ਜਾਂਦੇ ਨਹੀਂ, ਨਹੀਂ ਤਾਂ ਹਰੇਕ ਪਿੰਡਾਂ ਦੇ ਵਿੱਚ ਨਸ਼ੇ ਸਾਨੂੰ ਅਸੀਂ ਵੀਡੀਓ ਵਹਿੰਦੇ ਹਾਂ, ਹਰੇਕ ਪਿੰਡਾਂ ਦੇ ਵਿੱਚ ਬੰਦਿਆਂ ਦੇ ਵਿੱਚ ਪਤਾ ਚੱਕਰ ਕੀ ਹੈ ਕਿ ਮੁੰਡੇ ਕੀ ਦਾ ਕੋਈ ਕੀ ਕਰਦਾ ਫਿਰਦਾ, ਕੋਈ ਚਿੱਟਾ ਪੀਂਦਾ ਫਿਰਦਾ, ਕੋਈ ਕੀ। ਸਾਡੇ ਪਿੰਡ 'ਚ ਮਾਲਕ ਦੀ ਚੜ੍ਹਦੀ ਕਲਾ, ਬਾਬੇ ਪੀਰ ਦੀ ਗਾਈ ਸਲਾਰ ਦੀ ਚੜ੍ਹਦੀ ਕਲਾ ਹੈ, ਇੱਥੇ ਬਿਲਕੁਲ ਸਹੀ ਕੰਮ ਚੱਲ ਰਿਹਾ ਕੋਈ ਸਾਡੇ, ਨਹੀਂ ਤਾਂ ਮੈਂ ਹਰੇਕ ਪਿੰਡਾਂ 'ਚ ਅਸੀਂ ਵੀ ਬਾਹਰ ਟੁਰਦੇ ਫਿਰਦੇ ਹਾਂ, ਹਰੇਕ ਬੰਦੇ ਕੋਲ ਜਾਂਦੇ ਹਾਂ, ਉਹ ਹਰੇਕ ਬੰਦੇ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਵਹਿੰਦੇ ਹਾਂ, ਉਹ ਪਿੰਡ 'ਚ ਵੜਦੇ ਹੀ ਪਤਾ ਲੱਗ ਜਾਂਦਾ ਵੀ ਇਹ ਪਿੰਡ 'ਚ ਨਸ਼ਾ ਹੈਗਾ, ਅਤੇ ਸਾਡੇ ਪਿੰਡ 'ਚ ਕੋਈ ਇੱਥੇ ਆਉਂਦਾ ਸਾਡੀਆਂ ਝੋਪੜੀਆਂ ਨੂੰ ਵੇਖ ਕੇ ਬੜੇ ਖੁਸ਼ ਹੋ ਜਾਂਦੇ ਨੇ ਵੀ ਇੱਥੇ ਕੰਮ ਵਧੀਆ ਚੱਲ ਰਿਹਾ, ਫਿਰ ਆ ਕੇ ਲੋਕ ਵਹਿੰਦੇ ਨੇ ਵੀ ਆ ਵੀ ਇਹ ਕੀ ਕੰਮ ਹੈ, ਫਿਰ ਇੱਥੇ ਨਾਲੇ ਮਸ਼ਰੂਮ ਲੈ ਕੇ ਜਾਂਦੇ, ਨਾਲੇ ਖੁਸ਼ ਹੋ ਕੇ ਜਾਂਦੇ ਨੇ, ਬੜੇ ਖੁਸ਼ ਹੁੰਦੇ ਨੇ। ਬਾਪੂ ਹੋਰਾਂ ਨੇ ਦੇਖ ਲਓ ਪ੍ਰੋਜੈਕਟ ਜਿਹੜਾ ਲਾਇਆ, ਬਾਪੂ ਕਹਾ ਵੀ ਗੈਲੇ ਦਾ ਪੁੰਨ ਗੈਲੇ ਫਲੀਆਂ, ਫਲੀਆਂ ਤਾਂ ਮਿਲੇ ਰਹੀਆਂ, ਪੁੰਨ ਵੀ ਆ ਬਹੁਤ ਬੜਾ ਕਿਉਂਕਿ ਲੋਕਾਂ ਦੇ ਜਵਾਕਾਂ ਨੂੰ ਨਸ਼ਿਆਂ 'ਤੇ ਬਾਪੂ ਨੇ ਬਚਾ ਰੱਖਿਆ, ਸਾਰੇ ਪਿੰਡ ਮਾਂ ਬਾਪੂ ਕਹਾ ਵੀ ਪਿੰਡ ਦੇ ਜਵਾਕਾਂ ਨੂੰ ਰੁਜ਼ਗਾਰ ਦੇ ਰੱਖਿਆ, ਉਹ ਨਸ਼ੇ ਵਾਕਾਂ ਨਹੀਂ ਆਪੇ ਨਹੀਂ ਜਾਂਦੇ। ਤਾਂ ਮੈਂ ਕਹਾਂ ਵੀ ਬਾਪੂ ਨੂੰ ਇੱਕ ਤਾਂ ਸਰਕਾਰ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਵੀ ਜਿਹੜਾ ਐਡਾ ਵੱਡੀ ਵਧੀਆ ਪ੍ਰੋਜੈਕਟ ਲਾ ਰੱਖਿਆ ਬਾਪੂ ਹੋਰਾਂ ਨੇ, ਉਰੇ ਹੀ ਅਮਰੀਕਾ ਵਾਲਾ ਕਨੇਡਾ ਵਾਲਾ ਕੰਮ ਆ ਜਿਹੜਾ ਜਵਾਕਾਂ ਨੂੰ ਦੇ ਰੱਖਿਆ। ਔਰ ਬਾਕੀ ਥਾਰੀ ਜੇਕਰ ਕਿਸੇ ਦੀ ਵੀ ਇੱਛਾ ਇਸ ਤਰ੍ਹਾਂ ਦੀ ਉਹ ਝੋਪੜੀ ਬਣਾਉਣ ਕੀਤਾ ਬਾਪੂ ਗੱਲ ਤੁਸੀਂ ਸੰਪਰਕ ਕਰ ਸਕੋ, ਬਾਪੂ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ। 98-768-54-577 ਜੀ, 98-768-54-577 ਥਾਨੇ ਬਾਪੂ ਦਾ ਨੰਬਰ ਸੁਣ ਲਿਆ, ਤੁਸੀਂ ਬਾਪੂ ਗੱਲ ਸੰਪਰਕ ਵੀ ਕਰ ਸਕੋ ਆ। ਬਾਕੀ ਅੱਜ ਕੀ ਇਸ ਵੀਡੀਓ 'ਤੇ ਜੇਕਰ ਥਾਰਾ ਮਾੜਾ ਜਿਹਾ ਵੀ ਗਿਆਨ ਮਾਂ ਵਾਧਾ ਹੋਇਆ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਕਿਸੇ ਵੀਰ ਕੇ ਗਿਆਨ ਮਾਂ ਵਾਧਾ ਹੋ ਸਕੇ, ਹੋਰ ਕਿਸੇ ਵੀਰ ਭਾਈ ਦਾ ਭਲਾ ਹੋ ਸਕੇ। ਬਾਕੀ ਵੀਡੀਓ ਦੇ ਬਾਰੇ ਮਾਂ ਆਪਣੀ ਰਾਏ ਆ ਜਿਹੜੀ ਕਮੈਂਟ ਬਾਕਸ ਮਾਂ ਜ਼ਰੂਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਜੁੜੇ ਰਹੋ ਪੁਆਧ ਵੈਬ ਟੀਵੀ ਕੀ ਗੈਲ। ਸਤਿ ਸ਼੍ਰੀ ਅਕਾਲ।